ਕਿੱਦਾਂ ਸਾਰੇ ਜਣੇ ਹੋਰ ਸਭ ਠੀਕ ਠਾਕ ਹੋਵੋਗੇ? ਇੱਕ ਨਿੱਕੀ ਜਿਹੀ ਵੀਡੀਓ ਬਣਾ ਰਿਹਾ ਉਹਨਾਂ ਵੀਰ ਭਾਈਆਂ ਲਈ ਜਿਹੜੇ ਯੂਰਪ ਜਾਣਾ ਚਾਹੁੰਦੇ ਨੇ ਜਾਂ ਵਰਕ ਪਰਮਿਟ ਜਾਂ ਟੂਰਿਸਟ ਬੇਸ 'ਤੇ, ਉਹਨਾਂ ਲਈ ਬਣਾ ਰਿਹਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਯੂਰਪ ਦੇ ਜਿਹੜੇ ਕੰਮਾਂ ਦੇ ਹਾਲਾਤ ਬਾਹਲੇ ਚੰਗੇ ਨਹੀਂ ਹੈਗੇ, ਇਨ ਫਿਊਚਰ ਹੋਰ ਵੀ ਮਾੜੇ ਹੁੰਦੇ ਜਾਣੇ ਨੇ ਕਿਉਂਕਿ ਦੁਨੀਆ ਉੱਥੇ ਬਹੁਤ ਜਾ ਰਹੀ ਆ। ਜੇ ਤੁਸੀਂ ਇੰਡੀਆ 'ਚ ਹੈਗੇ ਹੋ ਜਾਂ ਤੁਹਾਡੇ ਕੋਲ ਮਹੀਨਾ ਡੇਢ ਮਹੀਨੇ ਦਾ ਸਮਾਂ ਹੈਗਾ ਤਾਂ ਇਹ ਕੰਮ ਜ਼ਰੂਰ ਸਿੱਖ ਕੇ ਜਾਇਓ, ਕੋਸ਼ਿਸ਼ ਕਰਿਓ ਸਿੱਖਣ ਦੀ, ਅਤੇ ਇਨ ਫਿਊਚਰ ਤੁਹਾਡੇ ਕੰਮ ਜ਼ਰੂਰ ਆਉਣੇ ਨੇ। ਪਹਿਲੇ ਨੰਬਰ 'ਤੇ ਹੈਗਾ ਲੈਂਗੁਏਜ, ਜਿਹੜੀ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਸੀਂ ਆਪਣੇ ਯੂਰਪ 'ਚ, ਉੱਥੇ ਦੀ ਲੋਕਲ ਲੈਂਗੁਏਜ ਸਿੱਖਣ ਦੀ ਕੋਸ਼ਿਸ਼ ਕਰੋ ਕਿਉਂਕਿ ਸਪੇਨ, ਆਪਣੀ ਇਟਲੀ, ਫਰਾਂਸ, ਪੁਰਤਗਾਲ ਇੱਥੇ ਇੰਗਲਿਸ਼ ਚੱਲਦੀ ਨਹੀਂ ਹੈਗੀ, ਬਹੁਤ ਘੱਟ ਚੱਲਦੀ ਆ, ਅਤੇ ਤੁਹਾਨੂੰ ਇੱਥੇ ਦੀ ਲੋਕਲ ਲੈਂਗੁਏਜ ਸਿੱਖਣੀ ਪੈਣੀ ਆ ਜੇ ਤੁਸੀਂ ਆਪਣਾ ਫਿਊਚਰ ਬਣਾਉਣਾ ਚਾਹੁੰਦੇ ਹੋ। ਅਤੇ ਦੂਜੇ ਨੰਬਰ 'ਤੇ ਹੈਗਾ ਹੇਅਰ ਕਟਿੰਗ ਦਾ ਕੰਮ, ਬਹੁਤ ਡਿਮਾਂਡ ਆ ਉੱਥੇ, ਅਤੇ ਤੁਸੀਂ ਹੇਅਰ ਕਟਿੰਗ ਦਾ ਵੀ ਕੰਮ ਸਿੱਖ ਕੇ ਜਾ ਸਕਦੇ ਹੋ, ਤੁਸੀਂ ਈਜ਼ੀਲੀ ਕੰਮ ਲੱਭ ਸਕਦੇ ਹੋ। ਅਤੇ ਦੂਜੇ ਤੀਜੇ ਨੰਬਰ 'ਤੇ ਆ ਗਿਆ ਆਪਣਾ ਕੁਕਿੰਗ ਦਾ ਕੰਮ, ਜੇ ਤੁਹਾਡੇ ਕੋਲ ਕੁਕਿੰਗ ਦਾ ਹੈਗੀ ਆ ਨੌਲੇਜ ਹੈਗੀ ਆ, ਤੁਸੀਂ ਕੰਮ ਜਾਣਦੇ ਹੋ, ਤੁਹਾਨੂੰ ਕੰਮ ਵੀ ਬਹੁਤ ਆਸਾਨ ਤਰੀਕੇ ਨਾਲ ਲੱਭ ਜਾਣਾ ਉੱਥੇ, ਈਜ਼ੀਲੀ ਲੱਭ ਲਓਗੇ, ਕੋਈ ਔਖਾ ਨਹੀਂ ਹੈਗਾ ਉੱਥੇ ਕੰਮ ਜੇ ਤੁਹਾਨੂੰ ਕੁਕਿੰਗ ਦਾ ਕੰਮ ਆਉਂਦਾ। ਅਤੇ ਉਹ ਤੋਂ ਬਾਅਦ ਆ ਜਾਂਦਾ ਮਕੈਨਿਕ ਦਾ ਕੰਮ, ਜੇ ਤੁਹਾਡੇ ਕੋਲ ਮਕੈਨਿਕ ਦਾ ਗੁਣ ਹੈਗਾ ਕਿਸੇ ਵੀ ਟਰੱਕ, ਕਾਰ ਜਾਂ ਮੋਟਰਸਾਈਕਲ ਜਾਂ ਵੱਡੀਆਂ ਮਸ਼ੀਨਾਂ ਦਾ ਤੁਸੀਂ ਕੰਮ ਸਿੱਖੇ ਹੋਏ ਹੋ, ਈਜ਼ੀਲੀ ਕੰਮ ਲੱਭ ਜਾਣਾ ਉੱਥੇ। ਮੇਨ ਗੱਲ ਤੁਹਾਨੂੰ ਲੈਂਗੁਏਜ ਸਿੱਖਣੀ ਪੈਣੀ ਆ ਜਿਹੜੇ ਪਹਿਲੇ ਨੰਬਰ 'ਤੇ ਦੱਸਿਆ, ਉਦੋਂ ਬਾਅਦ ਤੁਹਾਡੇ ਕੋਲ ਕੰਮ ਮੁੱਕਣਾ ਨਹੀਂ ਹੈਗਾ, ਬਹੁਤ ਈਜ਼ੀਲੀ ਤਰੀਕੇ ਨਾਲ ਤੁਸੀਂ ਕੰਮ ਲੱਭ ਲਓਗੇ। ਉਦੋਂ ਬਾਅਦ ਆ ਜਾਂਦਾ ਪੀਸਰੀਆ ਜਾਂ ਆਪਣਾ ਪੀਜ਼ਾ ਬਣਾਉਣਾ ਜਾਂ ਫਾਸਟ ਫੂਡ ਦਾ ਕੰਮ, ਉੱਥੇ ਡਿਮਾਂਡ ਹੈਗੀ ਆ, ਅਤੇ ਤੁਸੀਂ ਆਪਣੇ ਬਰਗਰ ਪਾਨੀਆ ਤੁਸੀਂ ਬਣਾ ਕੇ ਵੇਚ ਸਕਦੇ ਹੋ, ਉੱਥੇ ਬਹੁਤ ਹੈਗੀ ਆ ਇਹਦੀ ਡਿਮਾਂਡ ਰਹਿੰਦੀ ਆ ਅਤੇ ਬਹੁਤ ਲੋਕ ਖਾਂਦੇ ਨੇ, ਅਤੇ ਤੁਸੀਂ ਇਹ ਵੀ ਕੰਮ ਸਿੱਖ ਕੇ ਜਾ ਸਕਦੇ ਹੋ। ਅਤੇ ਬਾਹਲੀ ਵੀਡੀਓ ਲੰਬੀ ਨਹੀਂ ਕਰਨੀ ਹੈਗੀ, ਇਹਦਾ ਪਾਰਟ ਦੂਜਾ ਹੋਊਗਾ, ਉਹ 'ਚ ਮੈਂ ਤੁਹਾਨੂੰ ਹੋਰ ਕੰਮ ਦੱਸੂੰਗਾ। ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਸ਼ੇਅਰ ਅਤੇ ਫੋਲੋ ਜ਼ਰੂਰ ਕਰਿਓ, ਠੀਕ ਆ। ਹੁਣ ਮਿਲਦੇ ਹਾਂ ਅਗਲੀ ਵੀਡੀਓ 'ਚ, ਚੰਗਾ ਜੁਟੋ, ਚਾਓ ਚਿਪਦੇ ਆਵਾਂ।